दर्शकों जी पहुंचे हाँ जगराओं कमेटी के सेवा केंद्र सरकार कहिंदे पहला पिंडां वाले सेवा केंद्र तो बंद कर दिए गए अज्ज इह जगराओं वाले सेवा केंद्र जो म्यूनिसिपल कमेटी के बनया होया है उहदा मीटर दा कनैक्शन बिजली का कनैक्शन कट दिता गया क्योंकि कुछ बैलेंस बाकी सी आपां होर गलबात पता करांगे तत् पता करांगे की कारण आ किस करके ये कनैक्शन कटिया गया। हाँ जी बीजी की नाम अपना जी? मेरा नाम है अमित कुमार, मैं ड्यूटी इंचार्ज हूँ। की गल हुई अज मीटर का कनैक्शन कट गया जी? सेवा केंद्र का बकाया बिल खड़ा सीगा। हाँ जी उसके करके लाख रुपये का बिल खड़ा था। ठीक है जी, उसके करके अपना कनैक्शन कटा। ਤੁਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਕੀਤੀ ਜੀ, ਉਹ ਕਹਿੰਦੇ ਐਸ ਡੀ ਓ ਸਾਹਿਬ ਦੇ ਆਰਡਰ ਨੇ। ਹਾਂਜੀ ਅਤੇ ਵੀ ਸਾਨੂੰ ਕੱਟ ਕੇ ਜਾਣਾ ਪੈ ਗਿਆ। ਅਸੀਂ ਐਸ ਡੀ ਓ ਸਾਹਿਬ ਨੂੰ ਫੋਨ ਵੀ ਲਗਾ ਰਹੇ ਸੀ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ, ਸ਼ਾਇਦ ਮੀਟਿੰਗ 'ਚ। ਹੁਣ ਕੀ ਲੱਗਦਾ ਤੁਹਾਨੂੰ ਕਨੈਕਸ਼ਨ ਕਦ ਤੱਕ ਚੱਲ ਜੂ ਜਿਹੜੀ ਜਨਤਾ ਖਰਾਬ ਹੋ ਰਹੀ? ਅਸੀਂ ਗੱਲ ਕਰ ਰਹੇ ਹਾਂ ਜੀ ਆਪਣੇ ਸੀਨੀਅਰ ਅਥਾਰਟੀ ਨਾਲ ਅਤੇ ਜਲਦੀ ਬਾਕੀ ਡੀਜ਼ਲ ਦੀ ਅਪਰੂਵਲ ਆ ਗਈ ਆ, ਡੀਜ਼ਲ ਮੰਗਾ ਕੇ ਕੰਮ ਤਾਂ ਚਲਾਵਾਂਗੇ। ਜਨਰੇਟਰ ਸਟਾਰਟ ਕਰ ਜੀ। ਬਿੱਲ ਕਿੰਨਾ ਪੈਂਡਿੰਗ ਹੈ ਜੀ? ਲੱਖ ਸਵਾ ਲੱਖ ਰੁਪਈਆ। ਕਿਸੇ ਹੋਰ ਸੈਂਟਰ ਤੋਂ ਵੀ ਕਹਿੰਦੇ ਪਾਇਆ? ਹਾਂਜੀ ਇੱਕ ਮੰਡੀ ਵਾਲਾ ਸੈਂਟਰ ਸੀਗਾ ਜੀ ਪੁਰਾਣਾ, ਉਹ ਬੰਦ ਹੋ ਗਿਆ ਸੀ ਸੈਂਟਰ, ਉਹਦਾ ਬਿੱਲ ਇੱਧਰ ਇੰਕਲੂਡ ਕਰਤਾ ਸੀ ਪੁਰਾਣੇ ਜਿਹੜੇ ਬੰਦ ਹੋਏ ਸੀ ਸੇਵਾ। ਠੀਕ ਹੈ ਜੀ। ਆਪਣਾ ਜੀ? ਨੱਥਾ ਸਿੰਘ ਜੀ। ਵੀਰ ਜੀ ਇੱਥੇ ਸੇਵਾ ਕੇਂਦਰ 'ਚ ਆਇਆ ਸੀ, ਕੀ ਕਾਰਨ ਕੰਮ ਕਰਾਉਣਾ? ਉਹ ਕਹਿੰਦੇ ਸਾਡਾ ਕਨੈਕਸ਼ਨ ਕੱਟਿਆ ਗਿਆ ਜੀ, ਕਹਿੰਦੇ ਤੇਲ ਮੰਗਾਉਂਦੇ ਫਿਰ ਚਲਾਵਾਂਗੇ। ਤੁਸੀਂ ਕੀ ਕੰਮ ਕਰਾਉਣਾ ਆਏ ਸੀ? ਆਧਾਰ ਕਾਰਡ ਬਣਾਉਣਾ ਮੁੰਡੇ ਦਾ ਬੱਚੇ ਦਾ। ਠੀਕ ਹੈ ਜੀ, ਹੁਣ ਤੁਸੀਂ ਵਾਪਸ ਚੱਲੇ ਹੋ? ਹਾਂਜੀ ਹਾਂਜੀ। ਹੁਣ ਕੀ ਪਤਾ ਕਦੋਂ ਤੇਲ ਆਊਗਾ ਜੀ? ਠੀਕ ਹੈ ਜੀ। ਕੀ ਨਾਮ ਤੇਰਾ ਜੀ? ਮੇਰਾ ਪ੍ਰਮੋਦ ਮੁਖਿਆ ਜੀ। ਪ੍ਰਮੋਦ ਜੀ ਤੁਸੀਂ ਕਿੱਥੇ ਆਏ ਸੀ ਅੱਜ, ਕਮੇਟੀ 'ਚ ਆਏ ਸੀਗੇ? ਅਸੀਂ ਆਏ ਸੀ ਆਧਾਰ ਕਾਰਡ ਬਣਾਉਣ। ਬਣ ਗਿਆ ਤੁਹਾਡਾ ਆਧਾਰ ਕਾਰਡ? ਨਹੀਂ ਜੀ, ਅੱਗੇ ਦੋ ਦਿਨ ਗੇੜਾ ਮਾਰਿਆ, ਨਾਲੇ ਦਿਹਾੜੀ ਟੁੱਟੇ, ਆਵਾਜ਼ ਵੀ ਨਹੀਂ ਬਣਿਆ ਵਾ, ਨਾਲੇ ਕਨੈਕਸ਼ਨ ਕੱਟ ਗਿਆ ਜੀ। ਕਾਹਦਾ ਕਨੈਕਸ਼ਨ ਕੱਟ ਗਿਆ? ਬਿਜਲੀ ਵਾਲੇ। ਅਤੇ ਹੁਣ ਤੁਹਾਨੂੰ ਇਹ ਕੀ ਕਹਿੰਦੇ? ਅਤੇ ਕਹਿੰਦਾ ਹੁਣ ਕਨੈਕਸ਼ਨ ਲੱਗਣਗੇ ਫਿਰ ਹੀ ਆਧਾਰ ਕਾਰਡ ਬਣਾਉਣ। ਕੀ ਨਾਮ ਵੀਰੇ ਆਪਣਾ? ਰੋਹਿਤ। ਰੋਹਿਤ ਜੀ ਤੁਸੀਂ ਇੱਥੇ ਸੇਵਾ ਕੇਂਦਰ ਕਮੇਟੀ ਦੇ ਵਿੱਚ ਕੰਮ ਕਰਾਉਣਾ ਸੀ ਕੋਈ? ਹਾਂਜੀ। ਇਹ ਕੰਮ ਹੋ ਗਿਆ ਜੀ? ਨਹੀਂ ਜੀ, ਕੀ ਤਾਰੇ ਕੱਟ ਗਏ। ਪਹਿਲਾਂ ਤੁਸੀਂ ਪਹਿਲਾਂ ਵੀ ਆਏ ਹੋ ਜੀ? ਹਾਂ, 4-5 ਦਿਨ ਹੋ ਗਏ। ਪਹਿਲਾਂ ਵੈਸੇ ਟੋਕਨ ਨਹੀਂ ਮਿਲਦਾ ਸੀ ਤਾਂ ਕਰਕੇ ਫਿਰ ਅੱਜ ਔਨਲਾਈਨ ਅਪੁਆਇੰਟਮੈਂਟ ਲਿੱਤੀ ਸੀ ਅਤੇ ਅੱਜ ਆਹ ਬੰਦ ਕਰ। ਠੀਕ।